ਜੀ ਅਸਲਾਮ ਅਲੈਕੁਮ ਜਨਾਬ, ਮੈਂ ਤੁਹਾਡਾ ਆਪਣਾ ਸਰਾਇਕੀ ਪੰਜਾਬੀ ਸ਼ਹਿਰ ਸ਼ਫੀ ਜ਼ਖਮੀ ਅਤੇ ਤੁਸਾਂ ਵੇਖ ਰਹੇ ਹੋ ਸ਼ਫੀ ਜ਼ਖਮੀ ਟੀ ਵੀ। ਦੋਸਤੋ, ਬੜੀ ਖੁਸ਼ੀ ਦੀ ਗੱਲ ਹੈ ਕਿ ਉਹੀ ਜਗ੍ਹਾ ਹੈ, ਉਹੀ ਮੈਂ, ਔਰ ਮੇਰੇ ਸਾਹਮਣੇ ਜਨਾਬ ਵਾਜਿਦ ਬਗਦਾਦੀ ਸਾਹਿਬ। ਇਹ ਉਹਨਾਂ ਦੀ ਮੁਹੱਬਤ ਹੈ, ਇਹ ਉਹਨਾਂ ਦਾ ਪਿਆਰ ਹੈ ਕਿ ਉਹਨਾਂ ਨੇ ਫਿਰ ਮੈਨੂੰ ਮਤਲਬ ਟਾਈਮ ਦਿੱਤਾ। ਔਰ ਮੈਂ ਕਿਆ ਤਾਰੀਫ ਕਰਾਂ, ਅੱਲਾਹ ਤਾਲਾ ਜਿਸ ਨੂੰ ਇੱਜ਼ਤ ਦੇਵੇ ਉਹ ਦੇ ਸਕਦਾ। ਬਹੁਤ ਬੜਾ ਨਾਮ ਵਾਜਿਦ ਭਾਈ ਦਾ, ਬਹੁਤ ਬੜਾ ਨਾਮ ਉਸਨੂੰ, ਬਹੁਤ ਬੜਾ ਨਾਮ ਜਨਾਬ ਵਾਜਿਦ ਭਾਈ ਦਾ। ਅਤੇ ਇਹ ਉਹਨਾਂ ਦੀ ਖਾਸ ਮਿਹਰਬਾਨੀ ਜੋ ਅੱਜ ਉਹਨਾਂ ਨੇ ਮੈਨੂੰ ਟਾਈਮ ਦਿੱਤਾ। ਅਤੇ ਮੈਂ ਕੋਈ ਵਕਤ ਜ਼ਾਇਆ ਨਹੀਂ ਕਰਦਾ, ਮੈਂ ਵਾਜਿਦ ਭਾਈ ਨੂੰ ਗੁਜ਼ਾਰਿਸ਼ ਕਰਨਾ ਕਿ ਉਹਨਾਂ ਨਾਲ ਗੱਲਬਾਤ ਵੀ ਕਰਨੇ ਹੈ ਅਤੇ ਤੁਹਾਨੂੰ ਨਵੀਂ ਨਵੀਂ ਚੀਜ਼ਾਂ ਸੁਣੀ ਸੁਣਾਉਂਦੇ ਹੈ। ਆਓ ਜੀ, ਚਲਦੇ ਹਾਂ ਵਾਜਿਦ ਭਾਈ ਕੋਲ। ਜੀ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਹੈ ਜੀ? ਅਲਹਮਦੁਲਿਲਾ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਸ਼ੁਕਰ ਗੁਜ਼ਾਰ ਹਾਂ ਜਨਾਬ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ। ਜੀ ਜੀ। ਅੱਛਾ, ਗੱਲਾਂ ਤਾਂ ਹੁੰਦੀਆਂ ਰਾਸ਼ਨ। ਅੱਜ ਮੇਰਾ ਦਿਲ ਇਹ, ਮੈਂ ਆਪਣੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸਭ ਤੋਂ ਪਹਿਲਾਂ ਮੇਰਾ ਗਾਣਾ ਆਈ ਨਾ, ਉਹ ਆਈ ਸਾਡਾ ਸੱਜਣਾ ਦੂਰ ਟਿਕਾਣਾ ਅਸਾਂ ਮੁੜ ਕੇ ਕੋਈ ਨਹੀਂ ਆਉਣਾ। ਅਤੇ ਮੈਂ ਅੱਜ ਗੁਜ਼ਾਰਿਸ਼ ਕਰੇ ਸਾਂ ਵਾਜਿਦ ਭਾਈ ਨੂੰ ਕਿ ਮੈਂ ਉਹ ਪੁਰਾਣੀਆਂ ਯਾਦਾਂ ਤਾਜ਼ਾ ਕਰਨਾ ਚਾਹੁੰਦੇ ਹਾਂ ਅਤੇ ਵਾਜਿਦ ਭਾਈ ਨੂੰ ਗੁਜ਼ਾਰਿਸ਼ ਕਰਨੇ ਹੈ ਕਿ ਸਾਡਾ ਇਹ ਗਾਣਾ ਤੁਸੀਂ, ਮੈਂ ਤੁਹਾਡੇ ਕੋਲ ਸੁਣਨਾ ਚਾਹੁੰਦਾ। ਬਹੁਤ ਮਿਹਰਬਾਨੀ ਜਨਾਬ ਜੀ ਵਾਜਿਦ ਸਾਹਿਬ। ਸੱਜਣਾ ਦੂਰ ਟਿਕਾਣਾ ਇਸ ਮੁੜ ਕੇ ਕੋਈ ਨਹੀਂ ਆਉਣਾ, ਸੱਜਣਾ ਦੂਰ ਟਿਕਾਣਾ ਇਸ ਮੁੜ ਕੇ ਕੋਈ ਨਹੀਂ ਆਉਣਾ। ਸਰੋਂਦੀਆਂ ਰੋਂਦੀਆਂ ਰਾਣਾ, ਸਰੋਂਦੀਆਂ ਰੋਂਦੀਆਂ ਰਾਣਾ ਇਸ ਮੁੜ ਕੇ ਕੋਈ ਨਹੀਂ ਆਉਣਾ। ਸਾਡਾ ਸੱਜਣਾ ਦੂਰ ਟਿਕਾਣਾ ਇਸ ਮੁੜ ਕੇ ਕੋਈ ਨਹੀਂ ਆਉਣਾ।
کمال ہو گیا جناب آسان بڑا مزہ آیا اور امید کرنے ہیں کہ تو سنانا نے مزہ آیا اسی جناب بہت پیارے سنگر جناب واجد بغدادی صاحب تے انہاں نوں گزارش کرنے ہیں کہ واجد بھائی تساں اپنی مرضی کوئی چیز سانو سناؤ جی دوستو میرا والی نمبر ایک جڑا کہ ابتدا تو میرا آیا سی ان دے وچ میں ایک گانا گایا سی زخمی صاحب دا جڑا کہ میں تہاڈے پیش کر رہا ماشاء اللہ جی آج تو ساری پرانی یاداں آ رہی ہیں تے سمسیاں ڈھولی وے اج دی رات نہ جا تیرے مائیا وے اج دی رات نہ جا ਸਾਂ ਕਿ ਤੁਹਾਨੂੰ ਇਹ ਸਾਡੀ ਗੁਫ਼ਤਗੂ ਔਰ ਸਾਡੇ ਇਹ ਜਿਹੜੇ ਗਾਣੇ ਨੇ ਪਸੰਦ ਆਏ ਸਨ ਕਿਉਂਕਿ ਬਹੁਤ ਪੁਰਾਣੀਆਂ ਯਾਦਾਂ ਨੇ ਜ਼ਖਮੀ ਸਾਹਿਬ ਦੀਆਂ ਅਤੇ ਉਹਨਾਂ ਦਾ ਅੱਜ ਹੁਕਮ ਆਈ ਕਿ ਮੈਨੂੰ ਨਾ ਅੱਜ ਪੁਰਾਣੀਆਂ ਚੀਜ਼ਾਂ ਪੁਰਾਣੇ ਮੇਰੇ ਗਾਣੇ ਮੈਨੂੰ ਤੁਹਾਡੀ ਆਵਾਜ਼ 'ਚ ਚਾਹੀਦੇ ਨੇ ਅਤੇ ਮੈਂ ਤੁਹਾਨੂੰ ਮੇਰੇ ਜਿਹੜਾ ਪੁਰਾਣਾ ਗਾਣਾ ਸੀ ਮੱਸੇ ਮੱਸਿਆਂ ਢੋਲ ਵੇ ਇਹ ਅੱਜ ਮੈਂ ਤੁਹਾਨੂੰ ਸੁਣਾਇਆ ਜ਼ਖਮੀ ਸਾਹਿਬ ਦਾ ਦੂਸਰਾ ਗਾਣਾ ਉਹ ਵੀ ਬਹੁਤ ਮਸ਼ਹੂਰ ਹੋਇਆ ਹੋਇਆ ਜਿਹੜਾ ਚੱਲੇ ਹੋਇਆ ਗਾਣਾ ਜਾਣੀ ਕਿ ਉਹਨਾਂ ਦੇ ਹੁਕਮ ਦੇ ਮੁਤਾਬਿਕ ਮੈਂ ਪੇਸ਼ ਕੀਤੇ ਨੇ ਅਤੇ ਇਨਸ਼ਾਅੱਲਾ ਅੱਜ ਆਰਾਮ ਨਾਲ ਮੁਲਾਕਾਤਾਂ ਹੁੰਦੀਆਂ ਸਨ ਅਤੇ ਗੁਜ਼ਾਰਿਸ਼ ਹੈ ਕਿ ਜਨਾਬ ਸਾਡੇ ਬਹੁਤ ਹੀ ਪਿਆਰੇ ਸ਼ਾਇਰ ਸਰੈਕੀ ਬਾ ਪੰਜਾਬੀ ਪਾਕਿਸਤਾਨ ਦਾ ਬਹੁਤ ਬੜਾ ਨਾਮ ਸ਼ਫੀ ਜ਼ਖਮੀ ਸਾਹਿਬ ਨੇ ਯੂਟਿਊਬ ਚੈਨਲ ਬਣਾਇਆ ਹੋਇਆ ਸ਼ਫੀ ਜ਼ਖਮੀ ਟੀ ਵੀ ਤੁਸੀਂ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਸ਼ਫੀ ਜ਼ਖਮੀ ਟੀ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅੱਛੇ ਅੱਛੇ ਕਮੈਂਟ ਕਰੋ ਅਤੇ ਇਨਸ਼ਾਅੱਲਾ ਤੁਹਾਨੂੰ ਇਹ ਅੱਛੀ ਅੱਛੀ ਚੀਜ਼ਾਂ ਇਸ ਸ਼ਫੀ ਜ਼ਖਮੀ ਟੀ ਵੀ ਤੋਂ ਮਿਲਦੀਆਂ ਰਾਸਨ ਅਤੇ ਮੈਂ ਮੁਖਾਤਿਬ ਹਾਂ ਕਰ ਰਿਹਾ ਤੁਹਾਨੂੰ ਜ਼ਖਮੀ ਸਾਹਿਬ ਜੀ ਜੀ ਜਨਾਬ ਜਿਸ ਤਰ੍ਹਾਂ ਵਾਜਿਦ ਬਾਈ ਕਹਿ ਰਹੇ ਨੇ ਜਨਾਬ ਪੁਰਾਣੀਆਂ ਯਾਦਾਂ ਪੁਰਾਣੀਆਂ ਯਾਦਾਂ ਦੀ ਮੈਨੂੰ ਯਾਦ ਆ ਰਹੀ ਹੈ ਕਿ ਮੇਰਾ ਬਹੁਤ ਹਿੱਟ ਗਾਣਾ ਆਇਆ ਜ਼ੀਸ਼ਾਨ ਰੁਕੜੀ ਨੇ ਵੀ ਕੀਤਾ ਨਜ਼ਾਕਤ ਪੱਪੂ ਨੇ ਔਰ ਬਹੁਤ ਸਾਰੇ ਸਿੰਗਰਾਂ ਨੇ ਕੀਤਾ ਯਾਦ ਆਇਆ ਬੇਵਫਾ ਮੈਂ ਰੋ ਪੀਆਂ ਮੂੰਹ ਚੋਂ ਨਿਕਲੀ ਹੇ ਦੁਆ ਮੈਂ ਰੋ ਪੀਆਂ ਕੀ ਬਾਤ ਉਹਦੇ ਵਿੱਚ ਮਤਲਬ ਉਹੀ ਪੁਰਾਣੀ ਯਾਦਾਂ ਕਿ ਅਸਾਂ ਜ਼ਖਮੀ ਜੁਦਾ ਹੋ ਗਏ ਕਿਸੇ ਦੀ ਲਗ ਨਜ਼ਰ ਗਈ ਹੈ ਵਾਹ ਵਾਹ ਵਾਹ
ਉਹਦੇ ਆਬਾਦ ਘਰ ਹੋ ਗਏ ਮੇਰੀ ਦੁਨੀਆਂ ਉਜੜ ਗਈ ਏ ਕੋਈ ਨੀ ਦਿੰਦਾ ਆਸਰਾ ਮੈਂ ਰੋ ਪੀਆਂ ਮੂੰਹ ਚ ਨਿਕਲੀ ਹੈ ਦੁਆ ਮੈਂ ਰੋ ਪੀਆਂ ਇਹਨਾਂ ਲਫ਼ਜ਼ਾਂ ਦੇ ਨਾਲ ਜਨਾਬ ਔਰ ਇਸ ਵਾਅਦੇ ਨਾਲ ਇਨਸ਼ਾਅੱਲਾ ਮੈਂ ਇਹ ਵਾਅਦਾ ਕਰ ਰਹੀ ਹਾਂ ਔਰ ਮੇਰਾ ਇਹ ਵਾਅਦਾ ਵੀ ਵਾਜਿਦ ਭਾਈ ਨੇ ਪੂਰਾ ਕਰਨਾ ਹੈ ਸਾਨੂੰ ਮੋੜ ਮੌਕਾ ਦੇ ਸਨ ਇਨਸ਼ਾਅੱਲਾ ਵਾਜਿਦ ਭਾਈ ਕੋਲੋਂ ਹੋਰ ਅੱਛੀਆਂ ਅੱਛੀਆਂ ਚੀਜ਼ਾਂ ਸੁਣਾ ਉਸ ਟਾਈਮ ਤੁਸੀਂ ਯਾਦ ਰੱਖਣਾ ਸ਼ਫੀ ਜ਼ਖਮੀ ਟੀਵੀ ਔਰ ਇਹਨੂੰ ਲਾਇਕ ਕਰੋ ਸਬਸਕ੍ਰਾਈਬ ਕਰੋ ਦੋਸਤਾਂ ਦੇ ਸ਼ੇਅਰ ਕਰੋ ਬਹੁਤ ਸ਼ੁਕਰੀਆ ਪਾਕਿਸਤਾਨ ਜ਼ਿੰਦਾਬਾਦ।